ਪਠਾਨਕੋਟ ਦੇ ਮਾਧੋਪੁਰ 'ਚ ਉਸ ਵੇਲੇ ਇੱਕ ਦਰਦਨਾਕ ਹਾਦਸਾ ਹੋ ਗਿਆ ਜਦ ਇੱਕ ਪਤੀ ਪਤਨੀ ਆਪਣੇ ਕਿਸੇ ਕੰਮ ਤੋਂ ਜਾ ਰਹੇ ਸਨ ਅਤੇ ਜਿਵੇਂ ਹੀ ਉਹ UBDC ਨਹਿਰ ਦੇ ਉੱਪਰ ਤੋਂ ਲੰਘ ਰਹੇ ਸਨ ਤਦੀ ਸਕੂਟੀ ਸਲਿੱਪ ਕਰ ਗਈ ਜਿਸ ਕਾਰਨ ਦੋਨੋਂ ਪਤੀ ਪਤਨੀ UBDC ਨਹਿਰ 'ਚ ਜਾ ਡਿੱਗੇ ਜਿੰਨਾ ਚੌਥਾ ਪਤੀ ਨੂੰ ਸਥਾਨਕ ਲੋਕਾਂ ਨੇ ਬਾਹਰ ਕੱਢ ਲਿਆ ਪਰ ਮਹਿਲਾ ਪਾਣੀ ਦੇ ਤੇਜ਼ ਬਹਾਵ ਕਾਰਨ ਅੱਗੇ ਵੱਲ ਬਹਿ ਗਈ ਜਿਸ ਤੋਂ ਲੋਕਾਂ ਨੇ ਅੱਗੇ ਜਾ ਕੇ ਉਸਨੂੰ ਨਹਿਰ 'ਚੋਂ ਕੱਢਿਆ ਪਰ ਤਦ ਤੱਕ ਮਹਿਲਾ ਦੀ ਮੌਤ ਹੋ ਚੁੱਕੀ ਸੀ ਮਹਿਲਾ 8 ਮਹੀਨਿਆਂ ਦੀ ਪ੍ਰੈਗਨੈਂਟ ਸੀ ਜਿਸ ਦਾ ਬੱਚਾ ਵੀ ਗਰਭ 'ਚ ਹੀ ਮਰ ਗਿਆ ਇਹਨਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਇੱਕ ਮਾਮਲਾ ਆਇਆ ਹੈ ਜਿਸ 'ਚ ਗਰਭਵਤੀ ਮਹਿਲਾ ਜੋ ਕਿ ਆਪਣੇ ਪਤੀ ਨਾਲ ਸਕੂਟੀ ਸਲਿੱਪ ਕਰਨ ਦੇ ਕਾਰਨ ਨਹਿਰ 'ਚ ਡਿੱਗ ਗਏ ਸਨ ਮਹਿਲਾ ਦੀ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਮਹਿਲਾ 8 ਮਹੀਨੇ ਦੀ ਗਰਭਵਤੀ ਸੀ ਜਿਸ ਦਾ ਬੱਚਾ ਵੀ ਉਸਦੀ ਹੀ ਕੁੱਖ 'ਚ ਮਰ ਗਿਆ ਹੈ ਆਪਣੇ ਪਰਿਵਾਰ ਦੇ ਨਾਲ ਔਰ ਸਕੂਟੀ ਸਲਿੱਪ ਕੀਤੀ ਹੈ ਜਿਹਦੇ ਕਾਰਨ ਇਹ ਨਹਿਰ 'ਚ ਡਿੱਗ ਪਏ ਔਰ ਇਹਨਾਂ ਦੀ ਵਾਈਫ ਜਿਹੜੀ ਹੈ ਉਹਨੂੰ ਤੈਰਨਾ ਨਹੀਂ ਸੀ ਆਉਂਦਾ ਉਹ ਨਹੀਂ ਬਚ ਪਾਈ ਮੌਕੇ 'ਤੇ ਉਹਦੀ ਡੈਥ ਹੋ ਗਈ ਔਰ ਪੇਸ਼ੈਂਟ ਜਿਹੜਾ ਦਵਿੰਦਰ ਸਿੰਘ ਹੈ ਉਹ ਅਸੀਂ ਐਡਮਿਟ ਕਰ ਲਿਆ ਹਾਂਜੀ ਹਿਸਟਰੀ ਪ੍ਰੈਗਨੈਂਸੀ ਸੀਗੀ ਲੇਡੀ ਡਾਕਟਰ ਗਿਆ ਉਹਨੂੰ ਸਪੈਸ਼ਲਿਸਟ ਚੈੱਕ ਕਰ ਗਏ ਨੇ ਔਰ ਬੁਲਾ ਨਿਊਜ਼ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ।